ਸਿੱਧੂ ਮੂਸੇ ਨਾਲ ਸਾਡੀਆਂ ਬਹੁਤ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਬਈ। ਸਾਡੇ ਮੇਰੇ ਵਿਆਹ 'ਚ ਸਰਵਾਲਾ ਸੀਗਾ ਉਹ, ਮੇਰੇ ਵਿਆਹ 'ਚ ਸਭ ਤੋਂ ਪਿਆਰਾ ਅਤੇ ਕੁਈਟ ਬੱਚਾ ਇਹੀ ਸੀਗਾ। ਵੀ ਉਹ 'ਚ ਸਟਾਰਾਂ ਵਾਲੀ ਕੋਈ ਉਹੋ ਜਿਹੀ ਗੱਲ ਹੀ ਹੈ ਸੀ, ਐਂ ਮਿਲਦਾ ਸੀ ਜਿਵੇਂ ਕਿਤੇ ਆਮ ਹੀ ਜਿਵੇਂ ਵਾਕਈ ਉੱਡ ਕੇ ਪੂਰਾ ਕਿ ਹਾਂ ਚਾਚਾ ਹੋਰ ਕੀ ਵਾਲਾ ਚਾਚਾ ਵਧੀਆ, ਵੀ ਕੋਈ ਸਟਾਰਾਂ ਵਾਲੀ ਗੱਲ ਹੀ ਹੈ ਸੀਗਾ। ਮੇਰੀ ਫਰੈਂਡਾਂ ਦੇ ਮੇਰੇ ਚਾਚੀ ਦੀਆਂ ਕੁੜੀਆਂ ਵੀ ਜੁੱਤੀ ਚੱਕਣੀ ਆ, ਨਹੀਂ ਨਹੀਂ ਜੁੱਤੀ ਨਹੀਂ ਮੈਂ ਚੱਕਣ ਦੇਣੀ, ਮੇਰੇ ਚਾਚੂ ਦੀ ਜੁੱਤੀ ਨਹੀਂ ਚੱਕਣੀ, ਮੇਰੀ ਜੁੱਤੀ ਚੱਕ ਲਓ ਪਰ ਮੇਰੇ ਚਾਚੂ ਦੀ ਚੱਕਣੀ, ਪੂਰੀ ਇਹਨਾਂ ਦੀ ਸਪੋਰਟ ਕੀਤੀ ਸੀ। ਇਹ ਗੱਡੀ ਦੇ ਕੱਪੜਾ ਮਰੀ ਜਾਵੇ ਆਪ ਖੁਦ, ਮੈਂ ਕਿਹਾ ਸਿੱਧੂ ਸਾਹਿਬ ਮੈਨੂੰ ਜਾਣ ਕੇ ਚੌੜ ਚੁੱਕਿਆ, ਮੈਂ ਸਿੱਧੂ ਸਾਹਿਬ ਹੁਣ ਤੱਕ ਕੱਪੜਾ ਆਪ ਤਾਂ ਨਾ ਮਾਰੂ, ਮੈਨੂੰ ਤਾਂ ਨਹੀਂ ਚਾਚਾ ਜੋ ਆਪ ਕੰਮ ਕਰਨ 'ਚ ਮਜ਼ਾ ਨਾ ਉਹ ਕਿਸ ਤੋਂ ਕਰਾਉਣ ਚਾਹੀਦਾ। ਕਹਿੰਦੇ ਨੇ ਕਿ ਇਨਸਾਨ ਦੁਨੀਆ ਦਾ ਛੱਡ ਕੇ ਚਲਾ ਜਾਂਦਾ ਹੈ ਪਰ ਪਿੱਛੇ ਬਹੁਤ ਸਾਰੀਆਂ ਅਜਿਹੀਆਂ ਖੱਟੀਆਂ ਅਤੇ ਮਿੱਠੀਆਂ ਯਾਦਾਂ ਛੱਡ ਜਾਂਦਾ ਹੈ, ਜਿਹੜੀਆਂ ਯਾਦਾਂ ਅਕਸਰ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਕਦੇ ਖੁਸ਼ੀ ਦਿੰਦੀਆਂ ਨੇ ਅਤੇ ਕਦੇ ਗਮੀ ਦਿੰਦੀਆਂ ਨੇ। ਅੱਜ ਇਸ ਯਾਦ ਨੂੰ ਅਸੀਂ ਤਾਜ਼ਾ ਕਰ ਰਹੇ ਹਾਂ, ਉਹ ਯਾਦ ਜੁੜੀ ਹੈ ਸਿੱਧੂ ਮੂਸੇਵਾਲਾ ਦੇ ਨਾਲ। ਸਿੱਧੂ ਮੂਸੇਵਾਲਾ ਜਦੋਂ ਆਪਦੇ ਚਾਚੇ ਦੇ ਵਿਆਹ ਦੇ ਵਿੱਚ ਸਰਵਾਲਾ ਬਣਿਆ ਸੀ, ਅੱਜ ਉਹ ਜੋੜੀ ਵੀ ਸਾਡੇ ਨਾਲ ਹੈ ਜਿਸ ਦੀ ਮੈਰਿਜ ਦੇ ਉੱਪਰ ਸਿੱਧੂ ਮੂਸੇਵਾਲਾ ਸਰਵਾਲਾ ਬਣ ਕੇ ਆਇਆ ਸੀ। ਹਾਲਾਂਕਿ ਤਸਵੀਰਾਂ ਨੇ ਜਿਹੜੀਆਂ ਮੈਰਿਜ ਦੀਆਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਨੇ, ਉਹ ਜੋੜੀ ਆਪਣੇ ਨਾਲ ਹੈ ਔਰ ਕਿਸ ਤਰ੍ਹਾਂ ਦੇ ਉਹ ਪਲ ਸੀ ਆਪਾਂ ਗੱਲਬਾਤ ਪਰਿਵਾਰ ਦੇ ਨਾਲ ਕਰਦੇ ਹਾਂ। ਬਾਈ ਜੀ, ਸਿੱਧੂ ਮੂਸੇਵਾਲਾ ਬਹੁਤ ਵੱਡਾ ਨਾਮ ਹੈ ਦੁਨੀਆ ਦੇ ਵਿੱਚ, ਨਹੀਂ ਰਿਹਾ ਪਰ ਅੱਜ ਵੀ ਉਸਦੇ ਨਾਲ ਜੁੜੀਆਂ ਯਾਦਾਂ ਨੇ, ਲੋਕ ਹਮੇਸ਼ਾ ਤਾਜ਼ੀਆਂ ਕਰਦੇ ਨੇ, ਕੀ ਯਾਦ ਜੁੜੀ ਹੈ ਤੁਹਾਡੀ ਮੈਰਿਜ ਨਾਲ? ਪਹਿਲਾਂ ਸਰ ਤੁਹਾਨੂੰ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਿੱਧੂ ਮੂਸੇ ਨਾਲ ਸਾਡੀਆਂ ਬਹੁਤ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਬਈ। ਸਾਡੇ ਮੇਰੇ ਵਿਆਹ 'ਚ ਸਰਵਾਲਾ ਸੀਗਾ ਉਹ, ਵੀ ਮੇਰੀ ਮਾਸੀ ਵਰਗੀਆਂ 4-5 ਭੈਣਾਂ ਜੀ, ਇਹਦੇ ਡੈਡੀ ਭੋਲਾ ਵੀਰ ਜੀ ਵੀ ਸਭ ਤੋਂ ਵੱਡੇ ਹੈ, ਉਹਨਾਂ ਦਾ ਬੇਟਾ ਸੀਗਾ ਜੀ ਸਿੱਧੂ ਮੂਸੇਵਾਲਾ, ਵੀ ਅਸੀਂ ਸਰਵਾਲਾ ਬਣਾਇਆ ਸੀ ਇਹਨੂੰ, ਵੀ ਮੇਰੇ ਵਿਆਹ 'ਚ ਸਭ ਤੋਂ ਪਿਆਰਾ ਅਤੇ ਕੁਈਟ ਬੱਚਾ ਇਹੀ ਸੀਗਾ, ਤਾਂ ਕਰਕੇ ਇਹਨੂੰ ਸਰਵਾਲਾ ਇਹੀ ਬਣਾਇਆ ਸੀ, ਕਹਿ ਕੇ ਮੈਂ ਕਹਿ ਕੇ ਬਣਵਾਇਆ ਸੀਗਾ ਵੀ ਭਾਈ ਇਹੀ ਬੱਚਾ ਬਣਾਉਣਾ, ਉਦੋਂ ਪਤਾ ਨਹੀਂ ਸੀ ਇਹਦਾ ਵੱਡਾ ਸਟਾਰ ਬਣੂਗਾ। ਅਤੇ ਮੇਰੀ ਇਹਨੇ ਵਿਆਹ 'ਚ ਵੀ ਕਹਿਣ ਦਾ ਮਤਲਬ ਵੀ ਜਿਵੇਂ ਕਾਰ ਵਿਆਰ ਹੁੰਦੇ ਉਹ 'ਚ ਬਹੁਤ ਸਪੋਰਟ ਕੀਤੀ ਹੈ, ਬੱਚਾ ਬਹੁਤ ਪਿਆਰਾ ਸੀ, ਸਮਝਦਾਰ ਬਹੁਤ ਸੀਗਾ। ਕਹਿੰਦੇ ਕਿ ਵਿਆਹ ਵਾਲੇ ਮੁੰਡੇ ਦਾ ਲਾੜੇ ਦਾ ਗਨਮੈਨ ਤੌਰ 'ਤੇ ਸਰਵਾਲੇ ਨੂੰ ਵੇਖਿਆ ਜਾਂਦਾ, ਉਹਦੀ ਹਿਫਾਜ਼ਤ ਕਰਨਾ, ਉਹਦੇ ਨਾਲ ਨਾਲ ਰਹਿਣਾ, ਕਿਸ ਤਰ੍ਹਾਂ ਦੀ ਕੋਈ ਗੱਲਬਾਤ ਯਾਦ ਅੱਜ ਵੀ ਮੈਰਿਜ ਦੀ ਉਸਦੀ ਤੁਹਾਡੇ ਦੀ? ਹਾਂਜੀ ਹਾਂਜੀ, ਵੀ ਮੇਰਾ ਗਨਮੈਨ ਬਣ ਕੇ ਰਿਹਾ ਵਿਆਹ 'ਚ ਪੂਰਾ ਹੀ, ਵੀ ਜਦੋਂ ਵੀ ਕੋਈ ਆਹ ਰੀਬਨ ਕਟਾਈ ਵੇਲੇ ਹੋਰ ਵੀ ਹੈ ਤਾਂ ਸੀ ਵੀ ਚੁੱਪ ਕੀਤਾ ਜਾ ਥੋੜ੍ਹਾ ਜਿਹਾ, ਵੀ ਸੁਸਤੀਆ ਰਹਿੰਦਾ ਹੁੰਦਾ ਸੀ ਉਦੋਂ ਵੀ, ਪਰ ਮੇਰੇ ਨਾਲ ਬਹੁਤ ਵਧੀਆ ਰਿਹਾ ਵਿਆਹ 'ਚ, ਵੀ ਫੋਟੋਆਂ ਪੰਜੀਆਂ ਸਾਰੀਆਂ ਤੁਸੀਂ ਦੇਖੀਆਂ ਜੀ, ਵੀ ਪੂਰਾ ਨਾਲ 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 ਸਾਰੇ ਵਿਆਹ 'ਚ ਪੂਰਾ ਨਾਲ ਨਾਲ ਹੀ ਰੱਖਿਆ, ਮੈਂ ਡੋਲੀ ਵੇਲੇ ਆਉਂਦੇ ਵੇਲੇ ਵੀ ਆਮ ਸਰਵਾਲੇ ਨੂੰ ਛੱਡੇ ਆਉਂਦੇ ਉੱਥੇ ਦੂਜੀ ਗੱਡੀ 'ਚ ਆਉਂਦਾ, ਇਹ ਮੇਰੇ ਨਾਲ ਆਇਆ ਸੀਗਾ ਜੀ। ਕਦੇ ਸੋਚਿਆ ਸੀ ਤੁਹਾਡਾ ਭਤੀਜਾ ਐਡਾ ਵੱਡਾ ਸਿੰਗਰ, ਐਡਾ ਨਾਂ ਉਸ ਬੰਦੇ ਦਾ ਹੋਏਗਾ, ਹਾਲਾਂਕਿ ਅੱਜ ਦੁਨੀਆ 'ਚ ਨਹੀਂ ਹੈ, ਦੁੱਖ ਕਿੰਨਾ ਹੁੰਦਾ ਉਹਨਾਂ ਪਲਾਂ ਦਾ? ਉਹ ਦੋ ਸੋਚ ਕੇ ਤਾਂ ਬਈ ਹੁਣ ਤਾਂ ਬਹੁਤ ਦੁੱਖ ਹੁੰਦਾ, ਵੀ ਐਂ ਪਤਾ ਨਹੀਂ ਸੀ ਐਡਾ ਵੱਡਾ ਸਟਾਰ ਬਣੂਗਾ, ਜਦੋਂ ਸਟਾਰ ਪਹਿਲਾ ਗਾਣਾ ਆਇਆ ਤਾਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਮੈਂ ਕਿਹਾ ਯਾਰ ਆਪਣੇ ਗੱਗੂ ਦਾ ਐਡਾ ਤਕੜਾ ਗਾਣਾ ਮਤਲਬ ਘੱਟੋ ਘੱਟ 15 ਦਿਨ ਲਗਾਤਾਰ ਸੁਣੀ ਗਿਆ, ਅਤੇ ਹੁਣ ਸੋਚ ਕੇ ਤਾਂ ਬਹੁਤ ਦੁੱਖ ਹੁੰਦਾ ਬਈ ਵੀ ਐਡਾ ਵੱਡਾ ਸਟਾਰ ਯਾਰ ਵੀ ਐਂ ਤੁਰ ਗਿਆ, ਬਿਨਾਂ ਗੱਲੋਂ ਹਜੇ ਯਕੀਨ ਨਹੀਂ ਹੁੰਦਾ ਵੀ ਐਂ ਤੁਰ ਗਿਆ, ਵੀ ਦੁਨੀਆ ਤੋਂ ਚਲਾ ਗਿਆ ਉਹ, ਵੀ ਸਾਡੇ ਨਾਲ ਤਾਂ ਆਉਣੀ ਜਾਣੀ ਬਹੁਤ ਜ਼ਿਆਦਾ ਆ ਬਈ ਉਹਨਾਂ ਦੀ, ਵੀ ਡੈਡੀ ਵਰਗੇ ਨਾਲ ਵੀ ਸਾਡੇ 3 ਭਰਾ ਹੈ, ਸਭ ਤੋਂ ਵੱਧ ਉਹ ਮੇਰਾ ਕਰਦੇ ਆ ਵੀ ਇਹਦੇ ਡੈਡੀ ਵਰਗੇ ਸਿੱਧੂ ਮੂਸੇਵਾਲਾ ਦੇ, ਵੀ ਉਹਨਾਂ ਨਾਲ ਬਹੁਤ ਆਉਣੀ ਜਾਣੀ ਹੈ ਸ਼ੁਰੂ ਤੋਂ ਹੀ ਸਾਡੀ। ਕੋਈ ਵਿਆਹ ਦੀ ਗੱਲ ਯਾਦ ਹੋਵੇ, ਉਦੋਂ ਵਿਆਹ ਵੇਲੇ ਕਹਿੰਦੇ 5-5, 6-6 ਦਿਨ ਪਹਿਲਾਂ ਆ ਜਾਂਦੇ ਸੀ, 6-6 ਦਿਨ 5-5 ਦਿਨ ਬਾਅਦ 'ਚ ਜਾਂਦੇ, ਮਾਹੌਲ ਕੀ ਸੀ ਉਸ ਟਾਈਮ ਜਦੋਂ ਮੂਸੇਵਾਲਾ, ਉਮਰ ਕਿੰਨੀ ਸੱਚ ਉਦੋਂ ਦੀ? ਉਦੋਂ ਇਹਨੇ ਉਮਰ ਸੀਗੀ ਜੀ 7-8 ਸਾਲ, 8 ਸਾਲ ਦੇ ਹੋਣੇ ਆ, ਵੀ ਮੇਰੀਆਂ ਸਾਰੀਆਂ ਮਾਸੀਆਂ 4-5 ਦਿਨ ਪਹਿਲਾਂ ਆ ਗਈਆਂ ਸੀ, ਉਦੋਂ ਪਹਿਲਾਂ ਹੀ ਆਉਂਦੇ, 2001 ਦੀ ਗੱਲ ਇਹੀ ਵੀ ਸਾਰੇ ਰਿਸ਼ਤੇਦਾਰ ਪਹਿਲਾਂ ਹੀ ਆ ਜਾਂਦੇ 4-5 ਦਿਨ, ਅਤੇ 2-3 ਦਿਨ ਬਾਅਦ 'ਚ ਗਏ ਹੈ, ਵੀ
ਕਹਿ ਪੂਰੀ ਇੰਜੋਏ ਕੀਤਾ, ਪੂਰੀ ਮਸਤੀ ਕੀਤੀ ਉਹ ਤਾਂ ਜੀ। ਸ਼ਰਾਰਤੀ ਸੀ ਕਿ ਚੁੱਪ ਜਿਹਾ ਰਹਿੰਦਾ ਸੀ, ਸਾਇਲੈਂਟ ਰਹਿੰਦਾ ਸੀ, ਆਰਾਮ ਜਿਹੇ ਨਾਲ ਬਹਿੰਦਾ ਸੀ? ਪੂਰਾ ਸਿਆਣਾ ਬੱਚਾ ਸੀ, ਐਂ ਸ਼ਰਾਰਤੀ ਨਹੀਂ, ਸ਼ਰਾਰਤਾਂ ਨਹੀਂ ਕਰਦਾ ਸੀ। ਮੇਰੇ ਤਾਂ ਹੁਣ ਤੱਕ ਗੱਲਾਂ ਹੁੰਦੀਆਂ ਰਹੀਆਂ ਇਹਦੇ ਡੈਥ ਹੋਣ ਤੋਂ ਪਹਿਲਾਂ ਤੱਕ, ਮੇਰੇ ਕੋਲ ਵੋਇਸ ਮੈਸੇਜ ਪਏ ਇਹਦੇ ਵੀ ਪੂਰਾ ਵਧੀਆ। ਮੈਂ ਵੋਇਸ ਮੈਸੇਜ ਕੱਢ ਕੇ ਦਿਖਾਉਣਾ ਤੁਹਾਨੂੰ। ਅਕਸਰ ਉਸ ਤੋਂ ਬਾਅਦ ਵੀ ਤੁਹਾਡੀ ਗੱਲਾਂ ਬਾਤਾਂ ਹੁੰਦੀਆਂ ਸੀ ਜਦੋਂ ਇਸ ਲਾਈਨ ਦੇ ਵਿੱਚ ਆ ਗਏ? ਆਹ ਲਾਈਨ ਜਦੋਂ ਇਸ ਲਾਈਨ 'ਚ ਆਏ ਉਦੋਂ ਦੀ ਗੱਲ ਹੀ ਆ। ਅੱਛਾ, ਵਿਆਹ ਦੀਆਂ ਫੋਟੋਆਂ ਭੇਜਣ ਤੋਂ ਬਾਅਦ ਰਿਐਕਟ ਕਰ ਰਿਹਾ ਸਿੱਧੂ ਮੂਸੇਵਾਲਾ, ਕਿਉਂਕਿ ਬਹੁਤ ਵੱਡਾ ਸਟਾਰ ਸੀ, ਕਹਿੰਦਾ ਕਿ ਮੈਂ ਭੁੱਲਿਆ ਨਹੀਂ ਅੱਜ ਵੀ, ਕੀ ਕਹਿ ਰਿਹਾ? ਹਾਂ ਉਹ ਕਹਿ ਕਹਿ ਰਿਹਾ ਮੈਂ ਭੁੱਲਿਆ ਨਹੀਂ ਚਾਚਾ, ਮੇਰੇ ਸਾਰਾ ਕੋਈ ਯਾਦ ਹੈ ਵੀ ਤੁਸੀਂ ਮਿਲਦੇ ਨਹੀਂ, ਤੁਸੀਂ ਆਉਂਦੇ ਘੱਟ ਹੋ। ਮੇਰਾ ਅਸਲ 'ਚ ਹੈਗਾ ਨਸ਼ਾ ਮੁਕਤੀ ਕੇਂਦਰ ਗੰਗਾ ਨਗਰੀ, ਮੈਂ ਉੱਧਰ ਜ਼ਿਆਦਾ ਬਿਜ਼ੀ ਹੁੰਦਾ ਅਤੇ ਉਹਦੇ ਕਰਕੇ ਮਿਲਿਆ ਘੱਟ ਜਾਂਦਾ ਸੀਗਾ। ਇਹ ਮੈਨੂੰ ਸਮਝ ਲਾਂਭੇ ਦਿੰਦਾ ਚਾਚਾ ਤੂੰ ਆਉਂਦਾ ਨਹੀਂ, ਮਿਲਦਾ ਨਹੀਂਗਾ, ਮੇਰੇ ਤੋਂ ਜਾਇਆ ਨਹੀਂ ਜਾਂਦਾ ਸੀਗਾ। ਅਤੇ ਅਸੀਂ ਇਹਦੇ ਤਾਏ ਦੇ ਮੁੰਡੇ ਵਿਆਹ ਸੀ, ਉੱਥੇ ਇਕੱਠੇ ਹੋਏ ਹਾਂ, ਦੋ ਰਾਤਾਂ ਇਕੱਠੇ ਰਹੇ ਹਾਂ। ਵੀ ਉਹ 'ਚ ਸਟਾਰਾਂ ਵਾਲੀ ਕੋਈ ਉਹੋ ਜਿਹੀ ਗੱਲ ਹੀ ਹੈਨੀ ਸੀ, ਐਂ ਮਿਲਦਾ ਸੀ ਜਿਵੇਂ ਕਿਤੇ ਆਮ ਹੀ, ਜਿਵੇਂ ਵਾਕਈ ਉੱਡ ਕੇ ਪੂਰਾ ਵੀ ਹਾਂ ਚਾਚਾ ਹੋਰ ਕੀ ਵਾਲਾ ਚਾਚਾ ਵਧੀਆ, ਵੀ ਕੋਈ ਸਟਾਰਾਂ ਵਾਲੀ ਗੱਲ ਹੀ ਹੈਨੀ ਸੀ। ਭੈਣ ਜੀ ਕੋਈ ਯਾਦ ਮੂਸੇਵਾਲਾ ਦੇ ਨਾਲ ਜੁੜੀ ਹੋਈ, ਸ਼ੁਭਦੀਪ ਦੇ ਨਾਲ ਜੁੜੀ ਹੋਈ ਯਾਦ, ਕੋਈ ਮੈਰਿਜ ਦੀ ਗੱਲ ਸੁਣਾਓ? ਮੈਰਿਜ 'ਚ ਵੀਰੇ ਬਸ ਜੁੱਤੀ ਵਗੈਰਾ ਚੱਕਦੇ ਨੇ ਅਤੇ ਉਦੋਂ ਆਪਦੇ ਚਾਚੂ ਦੇ ਨਾਲ ਸੀਗਾ, ਮੇਰੀ ਫਰੈਂਡਾਂ ਦੇ ਚਾਚੀ ਦੀਆਂ ਕੁੜੀਆਂ ਵੀ ਜੁੱਤੀ ਚੱਕਣੀ ਆ, ਨਹੀਂ ਨਹੀਂ ਜੁੱਤੀ ਨਹੀਂ ਮੈਂ ਚੱਕਣ ਦੇਣੀ, ਮੇਰੇ ਚਾਚੂ ਦੀ ਜੁੱਤੀ ਨਹੀਂ ਚੱਕਣ ਦੇਣੀ, ਮੇਰੀ ਜੁੱਤੀ ਚੱਕ ਲਓ ਪਰ ਮੇਰੇ ਚਾਚੂ ਦੀ ਚੱਕਣੀ। ਪੂਰੀ ਇਹਨਾਂ ਦੀ ਸਪੋਰਟ ਕੀਤੀ ਸੀ, ਪੂਰਾ ਪਿਆਰਾ ਬੱਚਾ ਸੀ, ਕੋਈ ਸ਼ਰਾਰਤ ਨਹੀਂ, ਚੁੱਪ ਚਾਪ ਬੈਠਾ ਰਹਿਣਾ ਉਹਨੇ ਅਤੇ ਪਰ ਅੱਜ ਤਾਂ ਉਹਦੇ ਬਾਰੇ ਕੋਈ ਗੱਲ ਨਹੀਂ ਹੁੰਦੀ। ਮਨ ਭਰਿਆ ਹੁੰਦਾ ਅੱਜ ਉਹ ਦਿਨ ਯਾਦ ਕਰਕੇ, ਮਨ ਕਿੰਨਾ ਭਰਿਆ ਹੁੰਦਾ? ਬਸ ਗੱਲ ਹੀ ਨਹੀਂ ਹੁੰਦੀ ਸੀ ਜਦੋਂ ਪਤਾ ਲੱਗਿਆ ਤੁਹਾਨੂੰ ਇਸ ਗੱਲ ਦਾ ਕਿ ਐਡਾ ਵੱਡਾ ਭਾਣਾ ਪਰਿਵਾਰ ਨਾਲ ਵਾਪਰ ਗਿਆ। ਹਾਂਜੀ, ਵੀ ਅਸੀਂ ਸ਼ਾਮ ਨੂੰ ਝਾੜੂ ਲਗਾ ਰਹੇ ਸੀ ਵੀ ਆਪਣੇ ਬਹੁਤ ਜ਼ਿਆਦਾ ਹਨੇਰੀ ਵਗੈਰਾ ਆਈ ਸੀ ਅਤੇ ਮੇਰਾ ਬੇਟਾ ਜੀ ਉਹ ਬਾਹਰ ਖੇਡ ਰਿਹਾ ਸੀਗਾ ਅਤੇ ਬਾਹਰ ਨਿਊਜ਼ ਆਈ, ਸਾਰੇ ਬਾਹਰ ਗਏ ਇਕੱਠੇ ਹੋ ਗਏ ਵੀ ਆਪਣੇ ਰਿਸ਼ਤੇਦਾਰ ਕਰਕੇ ਅਤੇ ਉਹ ਕਹਿੰਦੇ ਵੀ ਬੇਟਾ ਭੱਜਿਆ, ਕਹਿੰਦਾ ਮੰਮਾ ਬਾਈ ਦੀ ਗੋਲੀ ਲੱਗੀ। ਮੈਂ ਨਹੀਂ ਬੇਟਾ, ਉਹ ਤਾਂ ਖਬਰ ਚੱਲਦੀ ਹੈ ਵੀ ਕੋਈ ਗਾਣੇ ਦੀ ਸ਼ੂਟਿੰਗ ਦੀ ਵਗੈਰਾ ਦੀ। ਮੈਂ ਨਹੀਂ, ਕਹਿੰਦਾ ਮੰਮੀ ਜਲਦੀ ਸੁਣੋ। ਅਸੀਂ ਉਦੋਂ ਕੁਝ ਲੈਟ ਹੈ ਨਹੀਂ ਸੀ ਜੀ, ਫਿਰ ਉਦੋਂ ਨੂੰ ਫੋਨ ਆਉਣੇ ਚਾਲੂ ਹੋ ਗਏ ਸਭ ਦੇ ਵੀ ਗੱਗੂ ਨਾਲ ਕੀ ਭਾਣਾ ਹੋ ਗਿਆ ਸੀ, ਸਾਨੂੰ ਤਾਂ ਜੀ ਪਤਾ ਨਹੀਂ ਚੱਲਿਆ। ਜਦੋਂ ਪਤਾ ਚੱਲਿਆ ਜੀ ਫਿਰ ਤਾਂ ਪਤਾ ਹੀ ਹੈ ਜੀ, ਬਸ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕੀਤਾ, ਤਾਂ ਫੋਨ ਦੀ ਸਵਿੱਚ ਆਫ ਕਰਤੀ। ਅੱਜ ਦਿਲ ਔਖਾ ਕਿੰਨਾ, ਅੱਜ ਉਹ ਤਸਵੀਰਾਂ ਵੇਖ ਰਹੇ ਹੋ, ਮਨ ਯਾਦ ਕਰ ਰਿਹਾ ਉਹ ਸਿੱਧੂ ਮੂਸੇਵਾਲੇ ਨੂੰ, ਅੱਜ ਦਿਲ ਔਖਾ ਕਿੰਨਾ ਹੁੰਦਾ ਕਿ ਅੱਜ ਸ਼ਾਇਦ ਸਾਡੇ ਵਿੱਚ ਹੁੰਦਾ, ਸਾਡੇ ਕੋਲ ਬੈਠਾ? ਹਾਂਜੀ ਬਹੁਤ ਔਖਾ ਹੁੰਦਾ ਜੀ, ਉਹ 'ਚ ਤਾਂ ਹੈ ਨਹੀਂ, ਜਦੋਂ ਹੀ ਫੋਨ ਕਰਨਾ ਉਹਨੇ ਉਠਾਉਣਾ। ਵੀਰ ਜੀ ਨੂੰ ਅਸੀਂ ਫੋਨ ਕਰਦੇ ਸੀਗੇ ਅਤੇ ਉਹ ਕੋਲ ਬੈਠੇ ਹੁੰਦੇ, ਕਹਿੰਦੇ ਚਾਚੀ ਨਾਲ ਮੇਰੀ ਗੱਲ ਕਰਾਓ, ਸਾਡੇ ਨਾਲ ਗੱਲ ਕਰਨੀ ਬਹੁਤ, ਚਾਚੀ ਤੁਸੀਂ ਤਾਂ ਬਹੁਤ ਵਧੀਆ ਗੱਲਾਂ ਕਰਦੇ ਹੋ, ਤੁਸੀਂ ਤਾਂ ਘਰੇਲੂ ਗੱਲਾਂ ਕਰਦੇ ਹੋ ਅਤੇ ਚਾਚੀ ਤੁਸੀਂ ਆਇਆ ਕਰੋ, ਤੁਸੀਂ ਆਉਂਦੇ ਕਿਉਂ ਨਹੀਂ? ਅਸੀਂ ਬੇਟਾ ਆਇਆ ਕਰਾਂਗੇ। ਉਹ ਆਏ 2020 'ਚ 5 ਜਨਵਰੀ ਨੂੰ ਆਏ, ਉਹ ਤਸਵੀਰਾਂ ਵੀ ਹੈਗੀਆਂ ਜੀ, ਘਰ ਆਏ, ਉਹਨੂੰ ਕੋਈ ਹੈ ਹੀ ਨਹੀਂ ਸੀ ਵੀ ਸਟਾਰ ਹੈ, ਵੀ ਬਿਨਾਂ ਦੱਸੇ ਆਏ। ਇੱਕ ਦੋ ਵਾਰ ਅਸੀਂ ਪ੍ਰੋਗਰਾਮ ਬਣਾਇਆ ਵੀ ਉਹ ਆਏ ਨਹੀਂ, ਫਿਰ ਸਾਨੂੰ ਬਿਨਾਂ ਦੱਸੇ ਆਏ ਹੋ। ਅਤੇ ਬੇਟਾ ਆਪਣਾ ਪਾਪੜ ਨਹੀਂ, ਨਾਮ ਪਾਪੜ ਜੀ ਦੁਕਾਨ ਤੋਂ ਲਿਆ ਆ, ਉਹ ਤੋਂ ਖੋਹ ਕੇ ਖਾਣ ਲੱਗ ਗਏ। ਚਾਚੂ ਮੇਰਾ 10 ਰੁਪਈਆਂ ਦਾ ਪਾਪੜ ਆਇਆ, ਵੀਰੇ ਮੇਰਾ 10 ਰੁਪਈਆਂ ਦਾ ਆਉਂਦਾ। ਯਾਰ 10 ਰੁਪਈਆਂ ਦੀ ਕੀ ਗੱਲ ਆ, ਤੂੰ ਵੱਡਾ ਪੈਕਟ ਲਿਆ, ਬਹੁਤ ਪਿਆਰਾ ਸੀ ਜੀ, ਬਸ ਦੱਸ ਹੀ ਨਹੀਂ ਸਕਦੇ ਜੀ, ਗੱਲ ਉਹਨਾਂ ਦੇ ਬਾਰੇ ਹੋ ਹੀ ਨਹੀਂ ਰਹੀ ਜੀ ਕੋਈ। ਹੋਰ ਬਹੁਤ ਯਾਦਾਂ ਜੁੜੀਆਂ ਹੋਣੀਆਂ ਉਹਨਾਂ ਦੇ ਨਾਲ, ਮੈਰਿਜ ਤੋਂ ਬਾਅਦ ਵੀ ਅਕਸਰ ਇੱਥੇ ਆਉਂਦੇ ਹੁੰਦੇ ਸੀ, ਕਿਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਪਰਿਵਾਰ ਦੇ ਵਿੱਚ? ਕੀ ਕਹਿੰਦੇ? ਇੱਕ ਵਾਰ ਜੀ ਆਏ ਸ਼ਾਮ ਜੀ ਨੂੰ, ਆਏ 3:00 ਵਜੇ ਅਤੇ ਉਹਨਾਂ ਨੂੰ ਭੁੱਖ ਲੱਗੀ ਸੀਗੀ। ਕਹਿੰਦਾ ਚਾਚੀ, ਮੈਂ ਬੇਟਾ ਕੀ ਖਾਓਗੇ? ਚਾਚੀ ਮੈਗੀ ਬਣਾ ਦਿਓ।
ਮੈਂ ਜੀ ਮੈਗੀ ਬਣਾਈ ਅਤੇ ਵਧੀਆ ਬਣਾਈ, ਮਤਲਬ ਤੜਕਾ ਲਗਾ ਕੇ। ਆਹ ਚਾਚੀ ਮੈਂ ਤਾਂ ਐਂ ਕਰਦਾ, ਸਿੱਧਾ ਪਾਣੀ ਦੇ ਵਿੱਚ ਪੈਕਟ ਪਾ ਦਿੰਦੇ, ਘੋਲ ਕੇ ਉੱਤੇ ਮਸਾਲੇ ਪਾ ਕੇ ਖਾ, ਤੂੰ ਬੜੀ ਟੇਸਟੀ ਮੈਗੀ ਬਣਾ ਕੇ ਖਵਾਈ ਹੈ। ਉਹ ਅਸੀਂ ਜਾਂਦੇ ਹੋ ਅੱਜ ਵੀ ਯਾਦ ਕਰਦਾ ਸੀ, ਚਾਚੀ ਬਹੁਤ ਟੇਸਟੀ ਮੈਗੀ ਬਣਾ ਕੇ ਖਵਾਈ ਸਾਨੂੰ ਤੁਸੀਂ, ਅਤੇ ਬਸ ਜੀ ਗੱਲ ਨਹੀਂ ਹੋ ਰਹੀ ਉਹਦੇ ਬਾਰੇ। ਭਾਈ ਕੋਈ ਯਾਦ ਅੱਜ ਵੀ ਤੁਹਾਡੇ ਜ਼ਿਹਨ ਤਾਜ਼ਾ ਹੋਵੇ, ਚਾਹੇ ਉਹ ਤੁਹਾਡੀ ਮੈਰਿਜ ਤੋਂ ਬਾਅਦ ਦੀ ਗੱਲ ਹੋਵੇ, ਜਿਹੜੀ ਅੱਜ ਵੀ ਦਿਲ 'ਚੋਂ ਭੁੱਲਦੀ ਨਹੀਂ, ਅੱਜ ਵੀ ਇਹ ਲੱਗਦਾ ਕਿ ਯਾਰ ਇਹ ਕੀ ਹੋ ਗਿਆ? ਬਈ ਅੱਜ ਵੀ ਜਿਹੜੀ ਨਹੀਂ ਭੁੱਲਦੀ, ਇਹਦੇ ਤਾਏ ਦੇ ਮੁੰਡੇ ਦੇ ਵਿਆਹ 'ਤੇ ਗਏ ਸੀ, ਵੀ ਮੈਂ ਨਾ ਬੰਦੇ ਨੇ ਮਿਲਣਾ, ਇਹ ਗੱਡੀ 'ਤੇ ਕੱਪੜਾ ਮਰੀ ਜਾਵੇ ਆਪ ਖੁਦ। ਮੈਂ ਕਿਹਾ ਸਿੱਧੂ ਸਾਹਿਬ, ਮੈਂ ਉਹੀ ਜਾਣ ਕੇ ਚੌੜ 'ਚ ਕਿਹਾ, ਮੈਂ ਸਿੱਧੂ ਸਾਹਿਬ ਹੁਣ ਤਾਂ ਕੱਪੜਾ ਆਪ ਤਾਂ ਨਾ ਮਾਰੋ, ਮੈਨੂੰ ਤਾਂ ਨਹੀਂ ਚਾਚਾ, ਜੋ ਆਪ ਕੰਮ ਕਰਨ 'ਚ ਮਜ਼ਾ ਨਾ ਉਹ ਕਿਸ ਤੋਂ ਕਰਾਉਣ 'ਚ ਨਹੀਂ ਗਾ, ਵੀ ਮੈਂ ਤਾਂ ਆਪ ਹੀ ਕਰਦਾ ਨਾ ਰੇਂਜ ਓਵਰ ਗੱਡੀ 'ਤੇ, ਆਪ ਖੁਦ ਕੱਪੜਾ ਮਰੀ ਜਾਵੇ ਬੰਦਾ, ਵੀ ਐਡਾ ਬੜਾ ਸਟਾਰ ਹੋਵੇ, ਬੂਟ ਖੁਦ ਨੇ ਆਪ ਨੇ ਸਾਫ਼ ਕੀਤੇ, ਵੀ ਮੈਂ ਬੈਠਾ ਨੋਟ ਕਰੀ ਜਾਵਾਂ। ਮੈਂ ਕਿਹਾ ਸਾਨੂੰ ਕੋਈ ਚਾਰ ਜਣੇ ਮਿਲਣਾ, ਇਹ ਤਾਂ ਭਾਅ ਜੀ ਮੈਨੂੰ ਮਿਲ ਲਈ ਜਾਂਦਾ, ਅਤੇ ਨਾਲ ਬਾਹਰ ਮਿਲਣ ਲੱਗਿਆ ਖੜਾ ਬਾਹਰ 'ਚ ਮਿਲਣ ਦਾ, ਅਤੇ ਦੋ ਆਉਣ ਫੋਟੋਆਂ ਕਰਾ ਕੇ ਮੁੜ ਜਾਣ, ਦੋ ਆਉਣ ਫੋਟੋਆਂ ਕਰਾ ਕੇ ਮੁੜ ਜਾਣ, ਵੀ ਬੰਦਾ ਬਿਜ਼ੀ ਦਾ ਵੀ ਅੱਕ ਤਾਂ ਹੈ ਹੀ ਨਹੀਂ ਸੀਗਾ, ਵੀ ਜਿਵੇਂ ਇੰਨੀ ਦੁਨੀਆ ਆਉਂਦੀ ਸੀ ਨਾ ਫੋਟੋਆਂ ਕਰਾਉਣ, ਇਹ ਨਹੀਂ ਸੀ ਬੰਦਾ ਵੀ ਆਮ ਸਟਾਰ ਹੁੰਦੀ ਆ, ਵੀ ਦੋ ਆਉਣ ਮਿਲਿਆ ਮੁੜ ਕੇ ਕਹਿੰਦੇ ਭਜਾ ਦੋ, ਨਹੀਂ ਮਿਲਣਾ ਹੈਗਾ। ਮੈਂ ਆਪਦੀ ਅੱਖੀ ਵੇਖ ਕੇ ਆਇਆ ਦੋ ਚਾਰ ਵਾਰੀ ਦਾ, ਬਈ ਵੀ ਦੁਨੀਆ ਇੰਨੇ ਮੇਲਾ ਲੱਗਿਆ ਹੁੰਦਾ ਬਾਹਰ 'ਚ, ਇਹ ਨਹੀਂ ਸੀ ਉਹਦੇ ਬਾਹਰ 'ਚੋਂ ਵੀ ਐਂ ਮੁੜ ਜੂਗਾ, ਮੈਂ ਫੋਟੋ ਨਹੀਂ ਕਰਾਈ। ਗੁੱਸੇ ਜਾਂ ਨਾਰਾਜ਼ ਵੇਖਿਆ? ਗੁੱਸਾ ਹੁੰਦਾ ਸੀ? ਨਾ ਨਾ ਜਮਾਂ ਹੀ ਨਹੀਂ ਬਈ ਯਾਰ, ਆਪਾਂ ਨੇ ਅੱਜ ਤੱਕ ਨਾਰਾਜ਼ ਦੇਖਿਆ ਸੀਗਾ, ਵੀ ਮੁੰਡਾ ਬਹੁਤ ਲਾਇਕ ਸੀ, ਠੀਕ ਹੈ, ਸੰਦਾ ਅੱਜ ਤੱਕ ਯਕੀਨ ਨਹੀਂ ਆਉਂਦਾ ਯਾਰ ਵੀ ਦੁਨੀਆ ਤੋਂ ਹੀ ਤੁਰ ਗਿਆ ਹੋਵੇ। ਹੁਣ ਦੁਬਾਰਾ ਤਾਂ ਇੱਕ ਵਾਰ ਪਰਿਵਾਰ ਨੂੰ ਖੁਸ਼ੀਆਂ ਮਿਲੀਆਂ ਨੇ, ਬੇਟੇ ਨੇ ਜਨਮ ਲਿਆ ਹੈਗਾ, ਕਿਵੇਂ ਦੇਖਦੇ ਹੋ ਕਮੀ ਪੂਰੀ ਹੋ ਪਾਊਗੀ ਸਿੱਧੂ? ਸਿੱਧੂ ਦੀ ਕਮੀ ਤਾਂ ਨਹੀਂ ਬਈ ਪੂਰੀ ਹੋ ਸਕਦੀ ਗੀ, ਠੀਕ ਹੈ, ਮਾਂ ਪਿਓ ਨੂੰ ਆਸਰਾ ਮਿਲ ਗਿਆ, ਉਹ ਪਿਓ ਨਾਲ ਮੈਨੂੰ ਪਤਾ ਬਈ ਮੈਂ ਨਾ ਵੀ ਜਦੋਂ ਸਿੱਧੂ ਡੈਥ ਹੋਈ ਜਾਣਾ ਸਾਲ ਭਰ ਮੈਂ ਗੱਲ ਨਹੀਂ ਕਰ ਸਕਿਆ ਉਹ ਬੰਦੇ ਨਾਲ, ਕਿਉਂ ਜਦੋਂ ਮੈਂ ਪਹਿਲਾਂ ਮਿਲਦਾ ਹੁੰਦਾ ਸੀ ਮੈਂ ਪੁੱਛਦਾ ਹੁੰਦਾ ਸੀ ਵੀਰ ਜੀ ਵੀ ਹੁਣ ਦਾ ਅਤੇ ਪਹਿਲਾਂ ਦਾ ਕੀ ਅੰਤਰ ਹੈ, ਥੋੜ੍ਹਾ ਮਾਹੌਲ ਕਿੰਨਾ ਕੁ ਚੇਂਜ ਹੋਇਆ, ਉਹ ਮੈਨੂੰ ਪੂਰਾ ਹੱਸ ਹੱਸ ਕੇ ਗੱਲਾਂ ਦੱਸਦਾ ਸੀ ਵੀ ਬਣੇ ਆਏ ਹਾਂ ਅਤੇ ਆਏ ਅਤੇ ਆਏ ਹਾਂ। ਹੁਣ ਮੈਨੂੰ ਪੁੱਛਾਂ ਕਿ ਜਦੋਂ ਡੈਥ ਹੋ ਗਈ ਉਦੋਂ ਬਾਅਦ ਮੈਂ ਤਾਂ ਉਹਨੂੰ ਸਾਲ ਭਰਨਾ ਬਸ ਵੀ ਮਿਲਦਾ ਜ਼ਰੂਰ ਸੀ, ਵੀ ਐਂ ਅੱਖ ਮਿਲਾ ਕੇ ਗੱਲ ਨਹੀਂ ਹੁੰਦੀ ਸੀਗੀ, ਮੈਨੂੰ ਪੁੱਛਾਂ ਕਿ ਮੈਂ, ਅਤੇ ਆ ਹੁਣ ਜਿੱਦਾਂ ਗਿਆ ਹੁਣ ਪੂਰਾ ਹੱਸ ਕੇ ਮਿਲਿਆ, ਖੁਸ਼ ਮਿਲਿਆ, ਸ਼ੁਕਰ ਆ, ਚਲੋ ਇਹਨਾਂ ਨੂੰ ਕੋਈ ਸਹਾਰਾ ਤਾਂ ਮਿਲਿਆ, ਆਪਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹਾਂ, ਮੈਨੂੰ ਕੋਈ ਆਸਰਾ ਮਿਲਿਆ ਚਲੋ, ਅਤੇ ਹੈ ਵੀ ਇਹਨਾਂ ਨੂੰ ਹੌਸਲਾ ਵੀ ਪੂਰਾ ਭਾਈ, ਵੀ ਕੋਈ ਇੰਨੇ ਜਾਇਦਾਦ ਇੰਨੀ ਪ੍ਰੋਪਰਟੀ ਆ, ਕੋਈ ਵਾਰਸ ਹੈ ਨਹੀਂ ਸੀਗਾ ਉਹਦੇ ਜਾਣ ਤੋਂ ਬਾਅਦ, ਹੁਣ ਚਲੋ ਵਾਰਸ ਤਾਂ ਮਿਲਿਆ। ਲੱਗਦਾ ਪਰਿਵਾਰ ਨੂੰ ਸਹਾਰਾ ਮਿਲ ਗਿਆ ਕਿ ਜਿਉਂਦਾ ਉਸ ਮਾਂ ਨੂੰ, ਉਸ ਪੁੱਤ ਨੂੰ, ਉਸ ਪਿਓ ਨੂੰ ਬੇਟਾ ਮਿਲ ਗਿਆ ਦੁਬਾਰਾ? ਹਾਂਜੀ ਮਿਲ ਗਿਆ ਜੀ, ਬੇਟਾ ਤਾਂ ਮਿਲਿਆ ਹੀ ਹੈ ਜੀ, ਜਿਉਂਦਾ ਸਹਾਰਾ ਮਿਲਿਆ ਜੀ। ਅਸੀਂ ਲਾਸਟ ਵਾਰ ਜੀ ਇਲੈਕਸ਼ਨਾਂ 'ਚ ਖੜ੍ਹੇ ਹੋਏ ਸੀਗੇ, ਉਦੋਂ ਗਏ ਸੀਗੇ ਲਾਸਟ ਵਾਰ, ਉਦੋਂ ਮੁਲਾਕਾਤ ਹੋਈ ਸਾਡੀ, ਵੋਟਾਂ 'ਚ ਮਿਲਿਆ। ਅਸੀਂ ਰਾਤ ਨੂੰ 11 ਵਜੇ ਸੌ ਗਏ, ਉਹ ਸੌਂ ਗਏ ਸੀ, ਉਹ 11 ਵਜੇ ਆਇਆ ਜੀ, ਅਤੇ ਇਹ ਇਹ ਤਾਂ ਵੀਰ ਜੀ ਦੋਨੇ ਸੁੱਤੇ ਪਏ ਸੀ, ਆ ਕੇ ਇਹਨਾਂ ਦੇ ਉੱਤੋਂ ਕੰਬਲ ਉਠਾਇਆ, ਕਹਿੰਦੇ ਇਹ ਕੌਣ ਪਿਆ? ਕਹਿੰਦੇ ਬੌਣਾ ਪਿਆ। ਅੱਛਾ ਬੌਣਾ ਪਿਆ, ਚਾਚਾ ਚਾਚਾ ਸੌਂ ਜਾ ਸੌਂ ਜਾ ਸੌਂ ਜਾ, ਸੁਬਹ ਗੱਲ ਕਰਦੇ ਹੈ। ਰਾਤ ਨੂੰ ਸਾਨੂੰ ਮਿਲ ਕੇ ਫਿਰ ਆਪਣੇ ਆਪ ਦਾ ਖਾਣਾ ਉਠਾਇਆ ਅਤੇ ਖਾ ਕੇ ਸੌਂ ਗਏ, ਅਤੇ ਫਿਰ ਸੁਬਹਾ ਵੀ ਉਹ ਤਾਂ ਟਾਈਮ ਨਹੀਂ ਸੀ, ਸੁਬਹਾ 4 ਵਜੇ ਉੱਠੇ ਨਹਾ ਕੇ ਜੀ, ਅਤੇ ਤਿਆਰ ਹੋਣ ਹੋਈ ਗਏ ਅਤੇ ਸਾਡੇ ਕੋਲ ਬੈਠੇ, ਉਹਨਾਂ ਚਿਰ ਗੱਲਾਂ ਕਰੀਏ ਕਰਕੇ, ਵੀ ਚਾਚੀ ਮੈਂ ਤਾਂ ਚੱਲਿਆ ਅਤੇ ਵੀ ਤੁਸੀਂ ਰਹਿਣਾ, ਆਪਾਂ ਵੋਟਾਂ ਮੰਗਾਂਗੇ, ਅਤੇ ਅਸੀਂ ਕਹਿੰਦੀ ਬੇਟਾ ਅਸੀਂ ਅੱਜ ਜਾਣਾ ਅਤੇ ਚਾਚੇ ਨੂੰ ਕੰਮ ਹੈ ਸੈਂਟਰ 'ਚ, ਅਤੇ ਫਿਰ ਆਉਂਦਾ ਅੱਛਾ ਠੀਕ ਹੈ, ਮਿਲ ਕੇ ਵਧੀਆ, ਅਤੇ ਹਲੋ ਹਾਏ ਕਰਕੇ ਗੱਡੀ ਜਾਂਦੇ ਹੋਏ ਪੂਰਾ ਸਾਨੂੰ ਵੀ ਚੜ੍ਹਾ ਕੇ ਗੱਡੀ 'ਤੇ ਫੇਰ ਗਏ, ਚੰਗਾ ਜੀ ਫੇਰ ਹੀ ਜਾਵਾਂਗੇ, ਪਹਿਲਾਂ ਤੁਹਾਨੂੰ ਤੁਸੀਂ ਚੱਲੋ ਫੇਰ ਚੱਲਾਂ। ਅੱਛਾ ਵੋਟਾਂ ਵਾਲੀ ਤੁਸੀਂ ਗਏ ਸੀ ਸਪੋਰਟ ਕਰਨ, ਉੱਥੇ ਚੋਣ ਪ੍ਰਚਾਰ ਕੀਤਾ ਹੈਗਾ, ਕੀ ਗੱਲਾਂ ਕਰਦਾ ਹੁੰਦਾ ਸੀ, ਕਿਉਂ ਵੋਟਾਂ 'ਚ ਆ ਗਿਆ, ਮੈਂ ਕੀ ਕਹਿੰਦਾ ਹੁੰਦਾ ਸੀਗਾ? ਵੋਟਾਂ 'ਚ ਬਈ ਮੈਂ ਇਹਦੇ ਡੈਡੀ ਦੀ ਵੈਲਡਿੰਗ 'ਤੇ ਸੀ, ਉਹਨਾਂ ਡੈਡੀ ਨੇ ਮਨਾ ਕੀਤਾ ਸੀ ਤੂੰ ਵੋਟਾਂ 'ਚ ਨਾ ਆ, ਵੀ ਪੋਲੀਟਿਕਸ ਨਾ, ਪਰ ਇਹ ਬਸ ਵੀ ਇਹਦੇ ਦਿਲ 'ਚ ਹੀ ਸੀਗੀ, ਮੈਂ ਇੱਕ ਵਾਰੀ ਪੰਗਾ ਲੈ ਕੇ ਦੇਖਣਾ ਹੈ,
ਵੀ ਬਸ ਉਹ ਪੰਗਾ ਹੀ ਲਿਆ ਸੀਗਾ ਇਹਨੇ ਵੀ ਹਾਂ ਵੀ ਇੱਕ ਵਾਰੀ ਵੀ ਇੱਕ ਪੋਲੀਟਿਕਸ 'ਚ ਆ ਕੇ ਦੇਖਣਾ ਹੀ ਦੇਖਣਾ ਅਤੇ ਡੈਡੀ ਨੇ ਬਹੁਤ ਮਨਾ ਕੀਤਾ ਸੀ ਤੂੰ ਨਾ ਇਹ ਵੀ ਆਪਣੇ ਵੱਸ ਤੋਂ ਬਾਹਰ ਹੈ ਕੰਮ ਵੀ ਆਪਣਾ ਵਧੀਆ ਚੱਲੀ ਜਾਂਦਾ ਜਗਾੜ ਕੀ ਲੋੜ ਹੈ ਬਸ ਉਹਨੇ ਮਰਜ਼ੀ ਕੀਤੀ ਇੱਕ ਸਾਹਿਬ ਦੀ ਅਤੇ ਬਸ ਇੱਕ ਰਾਜਾ ਵਡਿੰਗ ਨਾਲ ਵਾਹਵਾ ਸੀਗੀ ਇਹਨੇ ਕਹਿ ਕੂ ਤਾਂ ਕਰਕੇ ਪੋਲੀਟਿਕਸ 'ਚ ਆ ਗਿਆ ਗਾਉਣ ਕਦੋਂ ਲੱਗ ਗਿਆ ਸੀਗਾ ਪਹਿਲਾ ਗਾਣਾ ਤੁਸੀਂ ਦੱਸ ਰਹੇ ਸੀ ਕਿ ਸ਼ਾਇਦ ਗਿੱਦੜਬਾਗ ਦੇ ਸਟੇਜ ਦੇ ਉੱਪਰ ਗਾਇਆ ਕੀ ਸੀ 2006 'ਚ ਮੇਰੀ ਸਿਸਟਰ ਦਾ ਵਿਆਹ ਸੀਗਾ ਜੀ ਉਹ ਹਿਸਾਬ ਲਾ ਲਓ ਵੀ 2001 ਤਾਂ ਮੇਰੀ ਮੈਰਿਜ ਸੀਗੀ ਉਦੋਂ ਉਦੋਂ ਬੱਚਾ ਹੀ ਸੀਗਾ 2006 'ਚ ਪਹਿਲੀ ਵਾਰ ਸਟੇਜ 'ਤੇ ਚੜਿਆ ਸੀਗਾ ਮੇਰੀ ਸਿਸਟਰ ਦੀ ਮੈਰਿਜ ਸੀ ਉਦੋਂ ਤੋਂ ਗਾਉਣ ਲੱਗਿਆ ਗਾਉਂਦਾ ਬਹੁਤ ਚੜਦਾ ਸੀਗਾ ਇਹ ਅਤੇ ਬਸ ਵੀ ਉਦੋਂ ਬਾਅਦ ਆ ਜਦੋਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦਗਾਈਆਂ ਫਿਰ ਤਾਂ ਪੁੱਛਣਾ ਹੀ ਕੀ ਹੈ ਬਾਈ ਫਿਰ ਤਾਂ ਦਿਨ ਸ਼ੁਰੂ ਕਹਿੰਦੇ ਮਜ਼ਾਕ ਬਹੁਤ ਲਾਉਂਦੇ ਸੀ ਯਾਰ ਦੋਸਤ ਰਿਸ਼ਤੇਦਾਰ ਵੀ ਆਹ ਕਿਹੜੇ ਕੰਮ 'ਚ ਪੈ ਗਿਆ ਤੂੰ ਆਮ ਰਿਸ਼ਤੇਦਾਰ ਲਾਉਂਦੇ ਸੀ ਸਾਡੇ ਖੁਦ ਦੇ ਵੀ ਰਿਸ਼ਤੇਦਾਰ ਹੈਗੇ ਆ ਮੇਰੇ ਵੀਰ ਜੀ ਨੂੰ ਪਤਾ ਨਹੀਂ ਕੀ ਕੁਛ ਬੋਲੇ ਆ ਜਦੋਂ ਇਹਦਾ ਆਹ ਗਾਉਣ ਲੱਗਿਆ ਲੱਗਿਆ ਪਰ ਉਹਨੇ ਹਰੇਕ ਦਾ ਮੂੰਹ ਬੰਦ ਕਰਾਇਆ ਜਮਾਂ ਸਾਡੇ ਆਪਦੇ ਮੇਰੇ ਮਾਸੀ ਦੇ ਮੁੰਡੇ ਬੋਲੇ ਇੱਕ ਦੋ ਵੀ ਟੌਂਟ ਕਸਨੇ ਵੀ ਬਸ ਵੀ ਨਚਾਰਾਂ ਵਾਲਾ ਕੰਮ ਹੈ ਫਲਾਨਾ ਟੋਕਾ ਪਰ ਐਂ ਨਾ ਪਤਾ ਸੀ ਵੀ ਵਰਲਡ ਲੈਵਲ 'ਤੇ ਜਾਊਗਾ ਕਦੇ ਉਦੋਂ ਸੋਚਿਆ ਸੀ ਕਿ ਐਡਾ ਵੱਡਾ ਸਟਾਰ ਬਣੂਗਾ ਜਿਹੜੀਆਂ ਤਸਵੀਰਾਂ ਅੱਜ ਆਪਾਂ ਦੇਖ ਰਹੇ ਹਾਂ ਛੋਟਾ ਜਿਹਾ ਬੱਚਾ ਸੀ ਜਦੋਂ ਗਾਉਣ ਲੱਗਿਆ ਸੀ ਉਦੋਂ ਵੀ ਲੱਗਦਾ ਸੀ ਕਿ ਇਸ ਮੁਕਾਮ ਤੱਕ ਪਹੁੰਚੂਗਾ ਗਾਉਣ ਲੱਗੇ ਉੱਚੀਆਂ ਨੇ ਗੱਲਾਂ ਦਾ ਗਾਣਾ ਸੁਣ ਕੇ ਤਾਂ ਲੱਗਦਾ ਹੀ ਸੀ ਬਹੁਤ ਅੱਗੇ ਜਾਊਗਾ ਪਰ ਜਦੋਂ ਬੱਚਾ ਵਿਆਹ ਵਾਲੇ ਬੱਚਿਆਂ ਦੀ ਫੋਟੋ ਹੈ ਉਦੋਂ ਨਹੀਂ ਲੱਗਦਾ ਸੀ ਵੀ ਐਡਾ ਵੱਡਾ ਸਟਾਰ ਬਣੂਗਾ ਉਹ ਤਾਂ ਨੋਰਮਲ ਬੱਚਾ ਸੀ ਲਾਸਟ ਸਵਾਲ ਮੇਰਾ ਕਮੀ ਕਿੰਨੀ ਖਲ ਰਹੀ ਹੈ ਅੱਜ ਮੂਸੇਵਾਲੇ ਦੀ ਅੱਜ ਫੋਟੋਆਂ ਦੇਖ ਰਹੇ ਹੋ ਤੁਹਾਡੀ ਵਾਈਫ ਭਾਵਕ ਹੋ ਜਾਂਦੇ ਨੇ ਫੋਟੋਆਂ ਦੇਖ ਕੇ ਕਮੀ ਕਿੰਨੀ ਬਈ ਕਮੀ ਤਾਂ ਬਈ ਦਾ ਬਿਆਨ ਹੀ ਨਹੀਂ ਕਰ ਸਕਦੇ ਉਹਦੀ ਕਮੀ ਦਾ ਸਿੱਧੂ ਦੀ ਜਗ੍ਹਾ ਕੋਈ ਲੈ ਨਹੀਂ ਸਕਦਾ ਜੋ ਸਿੱਧੂ ਹੀ ਸੀ ਕਦੇ ਉਹਦੇ ਬਈ ਗੌਰ ਨਾਲ ਗਾਣੇ ਸੁਣ ਕੇ ਦੇਖਿਓ ਉਹ ਇੱਕ ਇੱਕ ਆਪਦੇ ਜਾਣ ਤੋਂ ਪਹਿਲਾਂ ਇੱਕ ਇੱਕ ਗੱਲ ਸੱਚ ਕਹਿ ਕੇ ਗਿਆ ਅਤੇ ਉਹ ਸੱਚ ਹੋ ਵੀ ਰਹੀਆਂ ਅੱਜ ਨੋਰਮਲ ਗੱਲਾਂ ਜੋ ਵੀ ਗਾਈਆਂ ਉਹਨੇ ਅੱਜ ਸੱਚ ਹੋ ਵੀ ਰਹੀਆਂ ਉਹਦੀ ਕਮੀ ਤਾਂ ਨਹੀਂ ਕਦੇ ਪੂਰੀ ਹੋ ਸਕਦੀਗੀ ਅਤੇ ਨਾ ਹੀ ਕੋਈ ਸਿੱਧੂ ਬਣ ਸਕਦਾ ਬਿਲਕੁਲ ਫੈਮਿਲੀ ਹੈ ਪਰਿਵਾਰ ਹੈ ਸਿੱਧੂ ਦੇ ਰਿਸ਼ਤੇਦਾਰ ਨੇ ਚਾਚਾ ਅਤੇ ਚਾਚੀ ਜਿਸ ਮੈਰਿਜ ਜਿਸ ਵਿਆਹ ਦੇ ਵਿੱਚ ਇਹ ਸਰਵਾਲਾ ਬਣੇ ਸੀ ਤਮਾਮ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਇਮੋਸ਼ਨਲ ਪਲ ਨੇ ਕਹਿ ਰਿਹਾ ਕਿ ਸਿੱਧੂ ਮੂਸੇਵਾਲਾ ਦੁਬਾਰਾ ਤੋਂ ਕਿਸੇ ਨੇ ਨਹੀਂ ਬਣ ਜਾਣਾ ਹਾਲਾਂਕਿ ਛੋਟੇ ਭਾਈ ਨੇ ਜਨਮ ਲਿਆ ਕਮੀ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਜ਼ਰੂਰ ਪੈਦਾ ਹੋਈ ਹੈ ਕਮੀ ਪੂਰੀ ਹੋਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਪਰਿਵਾਰ ਹੈ ਜਾਂ ਚਾਹੁਣ ਵਾਲੇ ਨੇ ਅੱਜ ਵੀ ਗਮਗੀਨ ਨੇ ਅਤੇ ਉਹਨਾਂ ਦੀਆਂ ਯਾਦਾਂ ਨੂੰ ਦਿਲਾਂ ਦੇ ਵਿੱਚ ਤਾਜ਼ਾ ਰੱਖੀ ਬੈਠੇ ਨੇ